ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਆਪਣੀ ਰੋਜ਼ਾਨਾ ਅਰਦਾਸ ਵਿੱਚ ਜਿੱਥੇ ਪੰਜਾਂ ਪਿਆਰਿਆਂ ਤੇ ਚਾਹਾਂ ਸਾਹਿਬਜ਼ਾਦਿਆਂ ਨੂੰ ਬੜੇ ਅਦਬ ਨਾਲ ਯਾਦ ਕਰਦਾ ਹੈ ਉੱਥੇ ਹੀ 40 ਮੁਕਤਿਆਂ ਨੂੰ ਬੜੇ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ ਇਹ ਉਹ 40 ਮੁਕਤੇ ਸਨ ਜਿਹੜੇ ਭਾਈ ਮਹਾ ਸਿੰਘ ਜੀ ਦੀ ਕਮਾਂਡ ਹੇਠ ਖੇਦਰਾਣੇ ਦੀ ਢਾਬ ਸ਼੍ਰੀ ਮੁਕਸਰ ਸਾਹਿਬ ਜੀ ਦੀ ਜੰਗ ਵਿੱਚ ਮੁਗਲਾ ਵਿਰੋਧ ਲੜੇ ਅਤੇ ਆਪਣੀਆਂ ਪਿਆਰੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਤਗੁਰੂ ਜੀ ਆਪ ਇੱਕ ਉੱਚੀ ਟਿੱਬੀ ਤੇ ਬੈਠ ਕੇ ਇਹ ਸਾਰੀ ਜੰਗ ਵੇਖ ਰਹੇ ਸਨ ਅਤੇ ਆਪਣੇ ਤੀਰਾਂ ਨਾਲ ਵੈਰੀਆਂ ਦਾ ਨਾਸ਼ ਕਰ ਰਹੇ ਸਨ ਅੱਜ ਮਾਘੀ ਦੇ ਇਸ ਪਾਵਨ ਤਿਹਾਰ ਤੇ ਦਾਸ ਰਸ਼ੈਨਬੀਰ ਸਿੰਘ ਖਿਦਰਾ ਨੇ ਰਿਤਾਬ ਮੁਕਸਰ ਸ੍ਰੀ ਮੁਕਸਰ ਸਾਹਿਬ ਦੀ ਜੰਗ ਬਾਰੇ ਲਹਿਰੀਏ ਚੰਦ ਵਿੱਚ ਇੱਕ ਹਫ਼ਤਾ ਆਪ ਜੀ ਦੇ ਰੂਬਰੂ ਕਰਨ ਜਾ ਰਿਹਾ ਹਾਂ ਫੌਜ ਜਦੋਂ ਅੱਗੇ ਵਧੀ ਜਰਵਾਨੀ ਦੀ ਸਿੰਘਾਂ ਮੱਲ ਲੈ ਸੀਤਾਬ ਖਿਦਰਾਣੇ ਦੀ ਮੌਤ ਕੋ ਕਦੀ ਹੈ ਮੁਗਲਾਂ ਦੇ ਲਾਣੇ ਦੀ ਜਿਹੜੇ ਗੱਲੀਵਾਤੀ ਦਸ਼ਵੇਂ ਗੁਰਾਂ ਨੂੰ ਫੜਦੇ ਜਾਨਾਂ ਤਲੀ ਉੱਤੇ ਤਰ ਕੇ ਮਜੈਲ ਲੜਦੇ ਉਹ ਬੈਠੇ ਤੇ ਬੀ ਉੱਤੇ ਵਾਲੀ ਦੋ ਜਹਾਨ ਦੇ બોલે ગાજકે अनोखी ਵਿੱਚ ਸ਼ਾਨ ਦੇ ਤੰਦੀ ਕਸ ਲਈ ਆਏ ਉੱਪਰ ਕਮਾਨ ਦੇ ਜੀਨੂੰ ਆਖ ਦੇ ਤੁਰਕ ਹਿੰਦ ਵਾਲਾ ਪੀਰ ਸੀ ਜਾਂਦੇ ਵਾਂਗਾ ਵਾਂਗੂ ਸ਼ੂਕ ਦੇ ਗੁਰਾਂ ਦੇ ਤੀਰ ਸੀ ਜਾਨਾ ਤੜੀ ਉੱਤੇ ਤਾਰ ਕੇ ਮਜੇਲਾ ਨੇ ਹੱਲਾ ਬੋਲ ਦਿੱਤਾ ਜੰਗੀ ਜਰਨੈਲਾ ਨੇ ਮੌਤ ਪਾਵੇਂ ਦੀ ਖੁਸ਼ੀ ਚ ਫਿਰ ਪਹਿਲਾ ਨੇ ਮੱਛੀ ਸ਼ਮਾ ਦੀ ਉਪਤੰਗੇ ਹੱਸ ਹੱਸ ਸੜਦੇ ਜਾਨਾ ਤੜੀ ਇੱਤੇ ਤਰ ਕੇ ਮਜੈ ਲੜਦੇ ਵੱਡੀ ਹੱਥ ਵਿੱਚ ਗੁਰਾਂ ਦੇ ਕਮਾਨ ਸੀ ਜਿਵੇਂ ਪਿੰਗ ਪੈ ਗਈ ਵਿੱਚ ਅਸਮਾਨ ਸੀ ਰਤ ਪੀਣੀ ਕੱਟੇ ਕਾਲੀ ਨੇ ਜਵਾਨ ਸੀ ਸੀਨੇ ਵੈਰੀਆਂ ਦੇ ਕਰੀ ਜਾਂਦੀ ਨੀਰੋ ਨੀਰ ਸੀ ਜਾਂਦੇ ਨਾਗਾ ਵਾਂਗੂ ਸ਼ੂਕਦੇ ਜੰਦੇ ਨਾਗਾ ਵਾਂਗੂ ਸ਼ੂਕਦੇ ਗੁਰਾਂ ਦੇ ਤੀਰ ਸੀ ਜਿਹੜੇ ਪੌਣ ਤੁਰੇ ਕਾਮ ਲਈ ਸ਼ਹੀਦਿਆਂ ਮੋਤਹਾਸ ਹੱਸ ਜਿਨ੍ਹਾਂ ਦੇ ਖਰੀਦੀਆਂ ਨਾਲ ਆਉਂਦਾ ਦੇ ਖਿਲਾੜ ਨਾ ਜੀ ਦਿੱਤੀਆਂ ਸ਼ੇਰਾਂ ਬੱਵਰਾਂ ਨੂੰ ਵੇਖ ਜਿਓ ਕਿ ਡੜ ਡਰਦੇ ਜਾਂ ਨਾ ਤਲੀ ਉੱਤੇ ਤਰ ਕੇ ਮਜੈਲ ਲੜਦੇ ਤੇਰ ਚੱਲੇ ਹੋਏ ਗੁਰਾਂ ਦੀ ਕਮਾਨ ਚੋ ਜਰਾ ਜੀ ਨਾ ਵੀ ਨਖੰਝ ਦੇ ਨਿਸ਼ਾਨ ਚੋ ਦਿੰਦੇ ਵੈਰੀ ਨੂੰ ਨਾ ਭੱਜਣ ਮੈਦਾਨ ਚੋ ਛੱਟ ਗਲੇ ਨਾਲ ਲਾਂਦੀ ਆ ਕੇ ਮੌਤ ਹੀਰ ਸੀ ਜਾਂਦੇ ਨਾਗਾ ਵਾਂਗੂ ਸ਼ੂਕਦੇ ਗੁਰਾਂ ਦੇ ਤੀਰ